ਇਹ ਦੋ ਵਿਅਕਤੀ ਸੀਗੇ ਇੱਕ ਸ਼ਵੇਤ ਠਾਕਰ ਨਾਂ ਦਾ ਬੰਦਾ ਹੈ ਜਿਹੜਾ ਕਿ ਕਤਲ ਕੇਸ ਵਿੱਚ ਉਥੇ ਹਿਆਰਪੁਰ ਜੇਲ੍ਹ 'ਚ ਬੰਦ ਹੈ ਉਸ ਦੇ ਨਾਲ ਹੀ ਬਲਿੰਦਰ ਪਾਲ ਸਿੰਘ ਸੈਗਲ ਉਰਫ ਜਸਰਾਜ ਸਿੰਘ ਉਰਫ ਜੀਐਸ ਬਾਲੀ ਇਹਦੇ ਅਲੱਗ-ਅਲੱਗ ਨਾਮ ਹੈ ਇਸ ਨਾਮਾਂ ਨਾਲ ਇਹ ਵੀ ਹਿਆਰਪੁਰ ਜੇਲ੍ਹ 'ਚ ਫਰਾਡ ਦੇ ਮੁਕੱਦਮਿਆਂ 'ਚ ਹੀ ਬੰਦ ਹੈ ਇਹਦੇ ਖਿਲਾਫ ਕਰੀਬ 13 ਮੁਕੱਦਮੇ ਆਲਰੇਡੀ ਫਰਾਡ ਦੇ ਦਰਜ ਹੈ ਤੇ ਇਹਦਾ ਮੋਡਸ ਆਪਰੈਂਡੀ ਇਹ ਸੀਗਾ ਕਿ ਇਹ ਨੈੱਟ ਦੇ ਥਰੂ ਕੈਫੇ ਦਾ ਨੰਬਰ ਲੈ ਕੇ ਤੇ ਉੱਥੋਂ ਦੇ ਇਸ ਉਸ ਏਰੀਏ ਦੇ ਜਿਹੜੇ ਵੀ ਐਮਐਲਏ ਸਾਫ ਹੁੰਦੇ ਸੀ ਉਹਨਾਂ ਦਾ ਨਾਮ ਲੈ ਕੇ ਫੋਨ ਕਰਕੇ ਪੈਸੇ ਮੰਗਦਾ ਸੀ ਤੇ ਜਿਹੜਾ ਕਿ ਜੋ ਇਸ ਸਬੰਧੀ ਮਕਦਮਾ ਦਾਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਤਾਂ ਇਹਨਾਂ ਦੋ ਬੰਦਿਆਂ ਨੂੰ ਅਸੀਂ ਪ੍ਰੋਕਿਊਰੈਂਟ ਤੇ ਲਿਆ ਕੇ ਪੁੱਛਗਿੱਛ ਕੀਤੀ ਹੈ ਤੇ ਉਸ ਦਰਮਾਨ ਇਹ ਸਾਹਮਣੇ ਆਇਆ ਕਿ ਇਹ ਬੰਦਾ ਆਪਣੇ ਪੈਸੇ ਦੀ ਕਮੀ ਪੂਰੀ ਕਰਨ ਲਈ ਜੇਲ੍ਹ ਦੇ ਵਿੱਚ ਵੱਖ-ਵੱਖ ਏਰੀਆ ਚ ਫੋਨ ਕਰਕੇ ਉਥੋਂ ਪੈਸਿਆਂ ਦੀ ਮੰਗ ਕਰਦਾ ਸੀ ਜਿਸ ਸਬੰਧੀ ਇਹਦੀ ਗ੍ਰਿਫਤਾਰੀ ਪਾ ਕੇ ਹੁਣ ਇਹਨੂੰ ਵਾਪਸ ਜੇਲ੍ਹ ਭੇਜਿਆ ਗਿਆ ਹੈ ਇਸ ਸਬੰਧੀ ਲੋਕਾਂ ਨੂੰ ਅਪੀਲ ਇਹ ਹੈ ਸਾਡੇ ਵੱਲੋਂ ਕਿ ਜੇ ਕੋਈ ਵੀ ਵਿਅਕਤੀ ਕਿਸੇ ਨੂੰ ਅਨਨੋਮ ਨੰਬਰ ਤੋਂ ਪੈਸੇ ਨਹੀਂ ਮੰਗ ਕਰਦਾ ਕਾਲ ਕਰਕੇ ਤੇ ਉਹਦੇ ਸਬੰਧੀ ਜੋ ਵੀ ਨੇੜੇ ਦੇ ਪੁਲਿਸ ਸਟੇਸ਼ਨ ਆ ਜਾਂ ਪੁਲਿਸ ਦੀ ਚੌਕੀ ਆ ਜਾਂ ਕੋਈ ਪੁਲਿਸ ਅਧਿਕਾਰੀ ਉੱਥੇ ਸੂਚਿਤ ਜ਼ਰੂਰ ਕਰ ਤੇ ਉਹਦੇ ਬਾਰੇ ਤਸਦੀਕ ਕਰਕੇ ਹੀ ਅਗਲੀ ਕਾਰਵਾਈ ਕਰੋ ਜੇ ਪੁੱਛ ਕਿਸੇ ਗੱਲ ਕਰੀ ਤਾਂ ਮੋਢਲੀ ਪੁੱਛ ਗਿੱਚ ਕੀ ਸਾਹਮਣੇ ਆ ਕਿ ਕਿਸ ਤਰ੍ਹਾਂ ਦਾ ਵਿਅਕਤੀ ਹੈ ਕਿੰਨੇ ਕੁ ਮੁਕੱਦਮੇ ਦਰਜ ਨੇ ਕਿ ਕਿਸ ਤਰ੍ਹਾਂ ਨੇ ਪੈਸੇ ਮੰਗੇ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਵਿਧਾਨ ਸਭਾ ਸਪੀਕਰ ਤੋਂ ਮੰਗੇ ਨੇ ਇਸ ਵਿਅਕਤੀ ਦੇ ਜਿਵੇਂ ਦੱਸਿਆ ਪਹਿਲਾਂ 13 ਮੁਕੱਦਮੇ ਦਰਜਾ ਸਾਰੇ ਹੀ ਫਰਾਡ ਦੇ ਆ ਪਹਿਲਾਂ ਇਹਨੇ ਕੁਝ ਲੋਕਾਂ ਨਾਲ ਠੱਗੀਆਂ ਸਮਾਨ ਥੋੜਾ ਥੋੜਾ ਦੇ ਕੇ ਬਾਅਦ ਚ ਮਾਰਕੀਟ ਦੇ ਵਿੱਚੋਂ ਵੱਧ ਦਾ ਆਰਡਰ ਲੈ ਲੈਣਾ ਚੈੱਕ ਲੈ ਗਿਆ ਇਸ ਤਰ੍ਹਾਂ ਦੀ ਠੱਗੀਆਂ ਮਾਰਦਾ ਸੀ ਹੁਣ ਜੇਲ੍ਹ ਵਿੱਚ ਇਹ ਆਉਦੇ ਪੈਸੇ ਦੀ ਕਮੀ ਪੈਨ ਕਰਨ ਉਹਦੀ ਪੂਰਤੀ ਕਰਨ ਲਈ ਇਹ ਹਰ ਇੱਕ ਅਲੱਗ-ਅਲੱਗ ਏਰੀਆ ਦੇ ਵਿੱਚ ਐਮਐਲਏ ਦਾ ਨਾਮ ਲੈ ਕੇ ਜਿਵੇਂ ਕਿ ਸਾਡੇ ਧਿਆਨ ਚੱਕੇ ਆਇਆ ਕਿ ਫਤਿਹਗੜ੍ਹ ਸਾਹਿਬ ਏਰੀਆ ਚ ਵੀ ਇਹਦੇ ਖਿਲਾਫ ਪਰਚਾ ਦਰਜ ਹੋ ਗਿਆ ਉੱਥੇ ਵੀ ਐਮਐਲਏ ਸਾਹਿਬ ਦਾ ਨਾਮ ਲਿਆ ਗਿਆ ਟਾਂਡ ਏਰੀਏ ਚ ਤੇ ਅਬੋਰ ਜਿਹੜੇ ਬੰਦੇ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਣ ਲਈ ਇਹਨਾਂ ਨੇ ਕਿਹਾ ਸੀਗਾ ਉਸ ਨੂੰ ਵੀ ਐਮਐਲਏ ਸਾਹਿਬ ਉਸ ਏਰੀਆ ਦੇ ਐਮਐਲਏ ਸਾਹਿਬ ਦਾ ਨਾਮ ਲੈ ਕੇ ਹੀ ਪੈਸੇ ਗਾਂ ਪਾਸ ਕਰਨ ਲਈ ਇਹਨਾਂ ਨੇ ਕਿਹਾ ਸੀ ਤੇ ਸੋ ਇਹ ਸਾਰੇ ਥਾਵਾਂ ਤੇ ਉਸ ਏਰੀਆ ਦੇ ਐਮਐਲਏ ਸਾਹਿਬ ਦਾ ਨਾਮ ਵਰਤਦਾ ਆਪਣੇ ਆਪ ਨੂੰ ਉਸ ਏਰੀਆ ਦਾ ਐਮਐਲਏ ਦੱਸ ਕੇ ਤੇ ਪੈਸੇ ਦੀ ਮੰਗ ਕਰਦਾ ਇਹ ਦੋ ਵਿਅਕਤੀ ਸੀਗੇ ਇੱਕ ਸ਼ਵੇਤ ਠਾਕੁਰ ਨਾਂ ਦਾ ਬੰਦਾ ਹੈ ਜਿਹੜਾ ਕਿ ਕਤਲ ਕੇਸ ਵਿੱਚ ਉਥੇ ਸ਼ਹਿਰਪੁਰ ਜੇਲ੍ਹ ਚ ਬੰਦਾ ਹੈ ਉਸ ਦੇ ਨਾਲ ਹੀ ਬਲਿੰਦਰ ਪਾਲ ਸਿੰਘ ਸੈਗਲ ਉਰਫ ਜਸਰਾਜ ਸਿੰਘ ਉਰਫ ਜੀਐਸ ਬਾਲੀ ਇਹਦੇ ਅਲੱਗ-ਅਲੱਗ ਨਾਮ ਹੈ ਇਸ ਨਾਮਾਂ ਨਾਲ ਇਹ ਵੀ ਹਾਰਪੁਰ ਜ਼ਿਲ੍ਹੇ ਚ ਫਰਾਡ ਦੇ ਮੁਕੱਦਮਿਆਂ ਚ ਬੰਦਾ ਹੈ ਇਹਦੇ ਖਿਲਾਫ ਕਰੀਬ 13 ਮੁਕੱਦਮੇ ਆਲਰੇਡੀ ਫਰਾਡ ਦੇ ਦਰਜ ਹੈ ਤੇ ਇਹਦਾ ਮੋਡਸ ਆਪ੍ਰੈਂਡੀ ਇਹ ਸੀਗਾ ਕਿ ਇਹ ਨੈਟ ਦੇ ਥਰੂ ਕੈਫੇ ਦਾ ਨੰਬਰ ਲੈ ਕੇ ਤੇ ਉੱਥੋਂ ਦੇ ਇਸ ਉਸ ਏਰੀਏ ਦੇ ਜਿਹੜੇ ਵੀ ਐਮਐਲਏ ਸਾਹਬ ਹੁੰਦੇ ਸੀ ਉਹਨਾਂ ਦਾ ਨਾਮ ਲੈ ਕੇ ਫੋਨ ਕਰਕੇ ਪੈਸੇ ਮੰਗਦਾ ਸੀ ਤੋ ਜਿਹੜਾ ਕਿ ਜੋ ਇਸੇ ਦੇ ਸੰਬੰਧੀ ਮਕਦਮਾ ਦਾਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਤਾਂ ਇਹਨਾਂ ਦੋ ਬੰਦਿਆਂ ਨੂੰ ਅਸੀਂ ਪ੍ਰੋਕਿਊਰੈਂਟ ਤੇ ਲਿਆ ਕੇ ਪੁੱਛਗਿੱਛ ਕੀਤੀ ਹੈ ਤੇ ਉਸ ਦਰਮਾਨ ਇਹ ਸਾਹਮਣੇ ਆਇਆ ਕਿ ਇਹ ਬੰਦਾ ਆਪਣੇ ਪੈਸੇ ਦੀ ਕਮੀ ਪੂਰੀ ਕਰਨ ਲਈ ਜੇਲ੍ਹ ਦੇ ਵਿੱਚ ਵੱਖ-ਵੱਖ ਏਰੀਆ ਚ ਫੋਨ ਕਰਕੇ ਉਤੋਂ ਪੈਸਿਆਂ ਦੀ ਮੰਗ ਕਰਦਾ ਸੀ ਜਿਸ ਸੰਬੰਧ ਇਹਦੀ ਗ੍ਰਿਫਤਾਰੀ ਪਾ ਕੇ ਹੁਣ ਇਹਨੂੰ ਵਾਪਸ ਜੇਲ੍ਹ ਭੇਜਿਆ ਗਿਆ ਇਸ ਸੰਬੰਧੀ ਲੋਕਾਂ ਨੂੰ ਅਪੀਲ ਇਹ ਹੈ ਸਾਡੇ ਵੱਲੋਂ ਕਿ ਜੇ ਕੋਈ ਵੀ ਵਿਅਕਤੀ ਕਿਸੇ ਨੂੰ ਅਨਨੋਮ ਨੰਬਰ ਤੋਂ ਪੈਸੇ ਨਹੀਂ ਮੰਗ ਕਰਦਾ ਕਾਲ ਕਰਕੇ ਤੇ ਉਹਦੇ ਸਬੰਧੀ ਸਬੰਧ ਜੋ ਵੀ ਨੇੜੇ ਦੇ ਪੁਲਿਸ ਸਟੇਸ਼ਨ ਆ ਜਾਂ ਪੁਲਿਸ ਦੀ ਚੌਕੀ ਆ ਜਾਂ ਕੋਈ ਪੁਲਿਸ ਅਧਿਕਾਰੀ ਉੱਥੇ ਸੂਚਿਤ ਜ਼ਰੂਰ ਕਰ ਤੇ ਉਹਦੇ ਬਾਰੇ ਤਸਦੀਕ ਕਰਕੇ ਹੀ ਅਗਲੀ ਕਾਰਵਾਈ ਕਰੋ ਜੇ ਪੁੱਛ ਕੇ ਜੀ ਗੱਲ ਕਰੀ ਤਾਂ ਮੋਢਲੀ ਪੁੱਛ ਕੇ ਚ ਕੀ ਸਾਹਮਣੇ ਆ ਕਿ ਕੀ ਉਸ ਤਰ੍ਹਾਂ ਦਾ ਵਿਅਕਤੀ ਹੈ ਕਿੰਨੇ ਕੁ ਮੁਕੱਦਮੇ ਦਰਜ ਨੇ ਕਿ ਕਿਸ ਤਰ੍ਹਾਂ ਨੇ ਪੈਸੇ ਮੰਗੇ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਵਿਧਾਨ ਸਭਾ ਸਪੀਕਰ ਤੋਂ ਮੰਗੇ ਨੇ ਇਸ ਵਿਅਕਤੀ ਦੇ ਜਿਵੇਂ ਦੱਸਿਆ ਪਹਿਲਾਂ 13 ਮੁਕੱਦਮੇ ਦਰਜ ਆ ਸਾਰੇ ਹੀ ਫਰਾਡ ਦੇ ਆ ਪਹਿਲਾਂ ਇਹਨੇ ਕੁਝ ਲੋਕਾਂ ਨਾਲ ਠੱਗੀਆਂ ਸਮਾਨ ਥੋੜਾ ਥੋੜਾ ਦੇ ਕੇ ਬਾਅਦ ਚੋਂ ਮਾਰਕੀਟ ਦੇ ਵਿੱਚੋਂ ਵੱਧ ਦਾ ਆਰਡਰ ਲੈ ਲੈਣਾ ਚੈੱਕ ਲੈ ਗਿਆ ਇਸ ਤਰ੍ਹਾਂ ਦੀ ਠੱਗੀਆਂ ਮਾਰਦਾ ਸੀ ਹੁਣ ਜੇਲ੍ਹ ਵਿੱਚ ਇਹ ਆਉਦੇ ਪੈਸੇ ਦੀ ਕਮੀ ਪੈਨਕਾਰਨ ਉਹਦੀ ਪੂਰਤੀ ਕਰਨ ਲਈ ਇਹ ਹਰ ਇੱਕ ਅਲੱਗ-ਅਲੱਗ ਏਰੀਆ ਦੇ ਵਿੱਚ ਐਮਐਲਏ ਦਾ ਨਾਮ ਲੈ ਕੇ ਜਿਵੇਂ ਕਿ ਸਾਡੇ ਧਿਆਨ ਚੱਕੇ ਆਇਆ ਕਿ ਫਤਿਹਗੜ੍ਹ ਸਾਹਿਬ ਏਰੀਆ 'ਚ ਵੀ ਇਹਦੇ ਖਿਲਾਫ ਪਰਚਾ ਦਰਜ ਹੋ ਗਿਆ ਉੱਥੇ ਵੀ ਐਮਐਲਏ ਸਾਹਿਬ ਦਾ ਨਾਮ ਲਿਆ ਗਿਆ ਟਾਂਡ ਏਰੀਆ 'ਚ ਤੇ ਅਬੋਰ ਜਿਹੜੇ ਬੰਦੇ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਣ ਲਈ ਇਹਨਾਂ ਨੇ ਕਿਹਾ ਸੀਗਾ ਉਸ ਨੂੰ ਵੀ ਐਮਐਲਏ ਸਾਹਿਬ ਉਸ ਏਰੀਆ ਦੇ ਐਮਐਲਏ ਸਾਹਿਬ ਦਾ ਨਾਮ ਲੈ ਕੇ ਹੀ ਪੈਸੇ ਗਾਂ ਪਾਸ ਕਰਨ ਲਈ ਇਹਨਾਂ ਨੇ ਕਿਹਾ ਸੀ ਤੇ ਸੋ ਇਹ ਸਾਰੇ ਥਾਵਾਂ ਤੇ ਉਸ ਏਰੀਆ ਦੇ ਐਮਐਲਏ ਸਾਹਿਬ ਦਾ ਨਾਮ ਵਰਤਦਾ ਆਪਣੇ ਆਪ ਨੂੰ ਉਸ ਏਰੀਆ ਦਾ ਐਮਐਲਏ ਦੱਸ ਕੇ ਤੇ ਪੈਸੇ ਦੀ ਮੰਗ ਕਰਦਾ